ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਉਸ ਟ੍ਰੈਫਿਕ ਦੀਆਂ ਨੇ ਜੋ ਇੱਥੋਂ ਦੀ ਲੈ ਕੇ ਭਾਈਵਾਲਾ ਚੌਂਕ ਤੱਕ ਪੂਰਾ ਦਾ ਪੂਰਾ ਟ੍ਰੈਫਿਕ ਲੱਗ ਰੋਡ ਤੰਗ ਹੋਣ ਦੀ ਵਜ੍ਹਾ ਦੇ ਕਰਕੇ ਇੱਥੇ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਜੋ ਕਿ ਇਹ ਮੌਜੂਦ ਨਹੀਂ ਹੈਗਾ ਵਾ ਜੋ ਕਿ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰ ਸਕੇ ਟ੍ਰੈਫਿਕ ਇੰਨਾ ਹੀ ਰਹਿੰਦਾ ਰਾਜ ਭਾਈ ਇਸ ਤੋਂ ਵੀ ਵੱਧ ਕੇ ਹੀ ਰਹਿੰਦਾ ਮਤਲਬ ਜਦੋਂ ਤੁਸੀਂ 6 ਵਜੇ ਤੋਂ 8 ਸਾਢੇ 8 ਵਜੇ ਚਾਰ ਜ਼ਿਆਦਾ ਹੀ ਟ੍ਰੈਫਿਕ ਰਹਿੰਦਾ ਔਰ ਇਹ ਟ੍ਰੈਫਿਕ ਉਹ 9 ਵਜੇ ਤੋਂ ਖਾਲੀ ਰਹੇਗਾ ਮਤਲਬ ਅਗਰ ਕੋਈ ਗਾਹਕ ਵੀ ਆ ਜਾਏ ਤਾਂ ਸਾਡੇ ਕੋਲ ਖੜ ਨਹੀਂ ਸਕਦਾ 65% ਸਾਡਾ ਟ੍ਰੈਫਿਕ ਕਰਕੇ ਕੰਮ ਲੌਸ ਆ ਲੌਸ ਹੋ ਗਿਆ ਪੂਰਾ ਹਾਲ ਹੋਇਆ ਪਿਆ ਭਾਜੀ ਕਸਟਮਰ ਆ ਨਹੀਂ ਸਕਦਾ ਕਸਟਮਰ ਕਿੱਥੇ ਗੱਡੀ ਲਾਵੇ ਉਧਰ ਅੰਦਰ ਗੱਡੀ ਨਹੀਂ ਲਾਉਣ ਦਿੰਦੇ ਕਹਿੰਦੇ ਸਾਨੂੰ ਸਿਕਿਉਰਿਟੀ ਲੈ ਕੇ ਦਿਓ ਗੱਡੀ ਤਾਂ ਲੱਗਣੀ ਆ ਟ੍ਰੈਫਿਕ ਪੁਲਿਸ ਵਾਲੇ ਵੀ ਕੋਈ ਜਾਹੀ ਨਹੀਂ ਦਿੰਦੇ ਨਾ ਜੀ ਨਾ ਉਹ ਤਾਂ ਸਕੂਟਰ ਮੋਟਰਸਾਈਕਲ ਹੀ ਲੱਗਣ ਦਿੰਦੇ ਜੀ ਆ ਹੁਣ ਇਹਨੂੰ ਦੱਸੋ ਕੀ ਪ੍ਰੋਬਲਮ ਹੈ ਮੋਟਰਸਾਈਕਲ ਦੀ ਇਹ ਵੀ ਆ ਕੇ ਚਕਾਨ ਲੱਗ ਜਾਂਦੇ ਭਾਜੀ ਇੱਥੇ ਹੁਣੇ ਥੋੜ੍ਹੀ ਦੇਰ ਪਹਿਲੇ ਐਂਬੂਲੈਂਸ ਫਸੀ ਹੋਈ ਸੀ ਐਂਬੂਲੈਂਸ ਇੱਕ ਨਹੀਂ ਭਾਜੀ ਤੁਸੀਂ ਮੈਂ ਤਾਂ ਮੇਰੇ ਸੀਸੀਟੀ ਕੈਮਰੇ ਦੇਖੋ ਦਿੱਲੀ ਦੇ 3-4 ਐਂਬੂਲੈਂਸ ਆਪ ਕਢਾਈ ਦੀਆਂ ਸੀ ਜਾ ਕੇ ਆਪ ਕਢਾਈ ਦੀਆਂ ਐਂਬੂਲੈਂਸ ਪਲੱਸ ਜਿਹੜੇ ਬੱਸਾਂ ਵਾਲੇ ਜਾਂਦੇ ਨੇ ਗੱਡੀ ਬੜਾ ਜਿਹਾ ਟ੍ਰੈਫਿਕ ਜਾਂਦਾ ਹੋਰਾਂ 'ਤੇ ਹੱਥ ਰੱਖਦੇ ਨੇ ਬੇਪਰਵਾਹ ਦਿਮਾਗ ਖਰਾਬ ਕਰ ਦਿੰਦੇ ਭਾਜੀ ਇਹ ਬੱਸਾਂ ਵਾਲੇ ਵੀ ਬਹੁਤ ਦੁਖੀ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਤੇ ਮੈਂ ਤੁਹਾਡੇ ਨਾਲ ਸੁਸ਼ੀਲ ਮਚਾਨ ਲੁਧਿਆਣਾ ਲਾਈਵ ਦੀ ਟੀਮ ਪਹੁੰਚੀ ਹੋਈ ਹੈ ਆਰਤੀ ਚੌਂਕ ਜਿੱਥੇ ਫਲਾਈਓਵਰ ਬਣ ਰਿਹਾ ਹੈ ਔਰ ਟ੍ਰੈਫਿਕ ਆਊਟ ਆਫ ਕੰਟਰੋਲ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਉਸ ਟ੍ਰੈਫਿਕ ਦੀਆਂ ਨੇ ਜੋ ਇੱਥੋਂ ਦੀ ਲੈ ਕੇ ਭਾਈਵਾਲਾ ਚੌਂਕ ਤੱਕ ਪੂਰਾ ਦਾ ਪੂਰਾ ਟ੍ਰੈਫਿਕ ਲੱਗਿਆ ਹੋਇਆ ਵਾ ਦੂਜੇ ਪਾਸੇ ਦਾ ਅਗਰ ਤੁਹਾਨੂੰ ਰਸਤਾ ਦਿਖਾਈਏ ਜੋ ਕਿ ਫਿਰੋਜ਼ ਗਾਂਧੀ ਮਾਰਕੀਟ ਵੱਲੋਂ ਇੱਕ ਸ਼ਾਰਟਕੱਟ ਰਸਤਾ ਆਉਂਦਾ ਹੈਗਾ ਵਾ ਇੱਧਰ ਦਾ ਵੀ ਟ੍ਰੈਫਿਕ ਹੀ ਟ੍ਰੈਫਿਕ ਹੈਗਾ ਵਾ ਅਗਰ ਇਸ ਤੋਂ ਬਾਅਦ ਆਪਾਂ ਤੁਹਾਨੂੰ ਪਿੱਛੇ ਦੀਆਂ ਤਸਵੀਰਾਂ ਦਿਖਾਉਂਦੇ ਹੈਗੇ ਹਾਂ ਜੋ ਕਿ ਕੁਮਾਰ ਮੰਡੀ ਨੂੰ ਰਸਤਾ ਜਾਂਦਾ ਹੈਗਾ ਵਾ ਫਿਰੋਜ਼ਪੁਰ ਰੋਡ ਤੋਂ ਆਉਂਦਾ ਵਾ ਸੋ ਉੱਧਰ ਵੀ ਪੂਰਾ ਟ੍ਰੈਫਿਕ ਹੀ ਟ੍ਰੈਫਿਕ ਹੈ ਇਹ ਜਿਹੜਾ ਟ੍ਰੈਫਿਕ ਤੁਸੀਂ ਦੇਖ ਰਹੇ ਹੋ ਇਹ ਟ੍ਰੈਫਿਕ ਜਿਹੜਾ ਹੈਗਾ ਵਾ ਪਾਰਕ ਪਲਾਜ਼ਾ ਵੱਲੋਂ ਆ ਰਿਹਾ ਭਾਈਵਾਲਾ ਚੌਂਕ ਵੱਲੋਂ ਆ ਰਿਹਾ ਵਾ ਔਰ ਉੱਥੇ ਤੱਕ ਪੂਰਾ ਜਾਮ ਲੱਗਾ ਹੋਇਆ ਵਾ ਰੋਡ ਤੰਗ ਹੋਣ ਦੀ ਵਜ੍ਹਾ ਦੇ ਕਰਕੇ ਇੱਥੇ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਜੋ ਕਿ ਇਹ ਮੌਜੂਦ ਨਹੀਂ ਹੈਗਾ ਵਾ ਜੋ ਕਿ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰ ਸਕੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੇ ਉੱਤੇ ਸਿੱਧੀਆਂ ਤਸਵੀਰਾਂ ਜਿੱਥੇ ਆਏ ਦਿਨ ਟ੍ਰੈਫਿਕ ਦੇ ਵਿੱਚ ਲੋਕ ਫਸੇ ਹੁੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਬਟ ਇੱਥੇ ਐਂਬੂਲੈਂਸਾਂ ਵੀ ਨਾਲ ਫਸਦੀਆਂ ਨੇ ਇਸ ਰੋਡ ਦੇ ਉੱਤੇ ਤੰਗ ਹੋਣ ਕਰਕੇ ਜਿੱਥੇ ਤੱਕ ਗੱਡੀਆਂ ਫਸ ਜਾਂਦੀਆਂ ਨੇ ਉੱਥੇ ਹੀ ਐਂਬੂਲੈਂਸ ਵੀ ਇੱਥੇ ਫਸ ਜਾਂਦੀ ਹੈਗੀ ਹੈ ਜਿਹਦੇ ਵਿੱਚ ਕੋਈ ਨਾ ਕੋਈ ਮਰੀਜ਼ ਜਿਹੜਾ ਹੈਗਾ ਵਾ ਉਹ ਹੁੰਦਾ ਵਾ ਔਰ ਉਹਦੀ ਜਾਨ ਨੂੰ ਖਤਰਾ ਬਣ ਜਾਂਦਾ ਇਸ ਟ੍ਰੈਫਿਕ ਕਰਕੇ ਲੋਕਾਂ ਵਾਸਤੇ ਵੀ ਅਪੀਲ ਹੈ ਕਿ ਜਦੋਂ ਵੀ ਕੋਈ ਪਿੱਛੇ ਐਂਬੂਲੈਂਸ ਦਾ ਸਾਇਰਨ ਵਜੇ ਔਰ ਉਹਨਾਂ ਨੂੰ ਰਸਤਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਮਰੀਜ਼ ਇਹੋ ਜਿਹੀ ਸਿਚੁਏਸ਼ਨ ਵਿੱਚ ਹੋ ਸਕਦਾ ਹਾਲਾਤਾਂ ਵਿੱਚ ਹੋ ਸਕਦਾ ਜਿਹੜਾ ਕਿ ਉਹਦੇ ਪੋਜੀਸ਼ਨ ਜਿਹੜੀ ਹੈ ਖਰਾਬ ਹੋ ਸਕਦੀ ਹੈ ਉਹਦੀ ਸਿਹਤ ਖਰਾਬ ਹੋ ਸਕਦੀ ਹੈ ਜ਼ਿਆਦਾ ਖਰਾਬ ਹੋਣ ਕਰਕੇ ਉਹਦੀ ਜਾਨ ਵੀ ਜਾ ਸਕਦੀ ਹੈ ਤੁਹਾਡੇ ਰਸਤਾ ਦੇਣ ਦੇ ਨਾਲ ਗੱਡੀ ਨੂੰ ਸਾਈਡ 'ਤੇ ਲਗਾਉਣ ਦੇ ਨਾਲ ਉਸ ਮਰੀਜ਼ ਦੀ ਜਾਨ ਬਚ ਸਕਦੀ ਹੈ ਤੁਸੀਂ ਜਿਹੜੀ ਤਸਵੀਰਾਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੇ ਉੱਤੇ ਭਾਈ ਸਾਹਿਬ ਤੁਸੀਂ ਕਿੱਧਰੋਂ ਦੀ ਆ ਰਹੇ ਹੋ ਸਰ ਅਸੀਂ ਆ ਰਹੇ ਦਿੱਲੀ ਰੋਡ ਤੋਂ ਜੀ ਇੱਥੋਂ ਦੀ ਪਿੱਛੇ ਕਿੰਨਾ ਕੁ ਟ੍ਰੈਫਿਕ ਹੈਗਾ ਬਹੁਤ ਟ੍ਰੈਫਿਕ ਆ ਬ੍ਰਦਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਟ੍ਰੈਫਿਕ ਦਾ ਬਹੁਤ ਪਿੱਛੇ ਰਸ਼ ਲੱਗਾ ਹੋਇਆ ਵਾ ਆਪ ਕਹਾਂ ਸੇ ਆ ਰਹੇ ਹੈ ਫੋਕਲ ਪੁਆਇੰਟ ਯੇ ਪਿੱਛੇ ਕਹਾਂ ਤੱਕ ਰਸ਼ ਹੈ ਬਹੁਤ ਬੱਸ ਸਟੈਂਡ ਤੱਕ ਬੱਸ ਸਟੈਂਡ ਤੱਕ ਪੂਰਾ ਰਸ਼ ਹੈ ਸੋ ਇਹ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਜਿੱਥੇ ਰਸ਼ ਟ੍ਰੈਫਿਕ ਜਿਹੜਾ ਹੈਗਾ ਵਾ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਵੱਧ ਚੁੱਕਾ ਹੋਇਆ ਜਿੱਥੇ ਤਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਸਾਨੂੰ ਦੇਖ ਨਹੀਂ ਰਹੇ ਹੈਗੇ ਔਰ ਇੱਥੇ ਇਹ ਚੌਂਕਾਂ ਦੀ ਖਬਰਸਾਰ ਲੈਣ ਵਾਲਾ ਵੀ ਕੋਈ ਨਹੀਂ ਹੈਗਾ ਵਾ ਕਿੱਥੋਂ ਆ ਰਹੇ ਹੋ ਹਾਂਜੀ ਕਿੱਥੋਂ ਆ ਰਹੇ ਹੋ ਕਹਾਂ ਸੇ ਆ ਰਹੇ ਹੋ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਮੈਂ ਤਾਂ ਖੜੇ ਹੋ ਪਿੱਛੇ ਕਹਾਂ ਸੇ ਆ ਰਹੇ ਹੋ ਘੰਟਾ ਘਰ ਤੋਂ ਆਉਂਦੇ ਪਏ ਕਿੰਨਾ ਕੁ ਟ੍ਰੈਫਿਕ ਹੈਗਾ ਵਾਧੂ ਜੀ ਵਾਧੂ ਬਹੁਤ ਜ਼ਿਆਦਾ ਹਾਂਜੀ ਸਰ ਸੋ ਆਓ ਜਲਦੀ ਥੋੜਾ ਜਾ ਕੇ ਕਰੋ ਭਾਜੀ ਕਿੱਥੋਂ ਆ ਰਹੇ ਤੁਸੀਂ ਇੱਥੇ ਆ ਰਹੇ ਹਾਂ ਜੀ ਟ੍ਰੈਫਿਕ ਕਿੰਨਾ ਆ ਤੁਹਾਡੇ ਸਾਹਮਣੇ ਹੀ ਆ ਲੰਘਣ ਨੂੰ ਰਾਹ ਨਹੀਂ ਮਿਲਦਾ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਕੋ ਕਰਦੀ ਨਹੀਂ ਸਰਕਾਰ ਕਰਦੀ ਨਹੀਂ ਬਿਲਕੁਲ ਸੋ ਸਰਦਾਰ ਜੀ ਕਹਿੰਦੇ ਨੇ ਕੀ ਆ ਨੱਚਣ ਜੋਗੀ ਆ ਬਸ ਨੱਚਣ ਜੋਗੀ ਬਿਲਕੁਲ ਤੁਹਾਡੀ ਸਾਰੀ ਗੱਲ ਸਹੀ ਹੈਗੀ ਹੈ ਵੀ ਸਰਕਾਰ ਕੁਝ ਕਰਦੀ ਨਹੀਂ ਅਗਰ ਸਰਕਾਰ ਕੁਝ ਕਰ ਰਹੀ ਹੋਵੇ ਤੇ ਸ਼ਾਇਦ ਟ੍ਰੈਫਿਕ ਨਾ ਐਡਾ ਲੱਗੇ ਸੋ ਸਵਾਲ ਪੈਦਾ ਹੁੰਦੇ ਨੇ ਸਰਕਾਰ ਦੇ ਉੱਤੇ ਜਿਹੜੇ ਕਿ ਐਡੇ ਲੰਬੇ ਟ੍ਰੈਫਿਕ ਲੱਗੇ ਹੋਏ ਨੇ ਸੋ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਟ੍ਰੈਫਿਕ ਇੱਥੇ ਆਏ ਦਿਨ ਇੰਨਾ ਹੀ ਰਹਿੰਦਾ
ਸਰ ਸਤਿ ਸ਼੍ਰੀ ਅਕਾਲ ਦੱਸੋ ਕੋਈ ਦੇ ਦੋ ਹਾਂਜੀ ਹਾਂਜੀ ਟ੍ਰੈਫਿਕ ਇੰਨਾ ਹੀ ਰਹਿੰਦਾ ਰਾਜ ਭਾਜੀ ਇਸ ਤੋਂ ਵੀ ਵੱਧ ਕੇ ਹੀ ਰਹਿੰਦਾ ਮਤਲਬ ਜਦੋਂ ਤੁਸੀਂ 6 ਵਜੇ ਤੋਂ 8 ਸਾਢੇ 8 ਵਜੇ ਕਾਰ ਜ਼ਿਆਦਾ ਹੀ ਟ੍ਰੈਫਿਕ ਰਹਿੰਦਾ ਔਰ ਇਹ ਟ੍ਰੈਫਿਕ 9 ਵਜੇ ਤੋਂ ਖਾਲੀ ਰਹੇਗਾ ਮਤਲਬ ਅਗਰ ਕੋਈ ਗਾਹਕ ਵੀ ਆ ਜਾਏ ਤਾਂ ਸਾਡੇ ਕੋਲ ਖੜ ਨਹੀਂ ਸਕਦਾ ਠੀਕ ਹੈ 70 ਤੋਂ 65 ਤੋਂ 70% ਸਾਡਾ ਟ੍ਰੈਫਿਕ ਕਰਕੇ ਕੰਮ ਲੌਸ ਹੈ ਲੌਸ ਹੋ ਗਿਆ ਪੂਰਾ ਹਾਲ ਹੋ ਜਾਂਦਾ ਭਾਜੀ ਕਸਟਮਰ ਆ ਨਹੀਂ ਸਕਦਾ ਕਸਟਮਰ ਕਿੱਥੇ ਗੱਡੀ ਲਾਵੇ ਉਧਰ ਅੰਦਰ ਗੱਡੀ ਨਹੀਂ ਲਾਉਂਦੇ ਕਹਿੰਦੇ ਸਾਨੂੰ ਸਿਕਿਉਰਿਟੀ ਲੈ ਕੇ ਦਿਓ ਗੱਡੀ ਤਾਂ ਲੱਗਣੀ ਆ ਅੱਜ ਵੀ ਉਹਨਾਂ ਨੇ ਇਹੀ ਕਿਹਾ ਕਿ ਪਰਮਿਸ਼ਨ ਲੈ ਕੇ ਦਿਓ ਤਾਂ ਤੁਸੀਂ ਅੰਦਰ ਲਗਾ ਸਕਦੇ ਹੋ ਵਰਕ ਚੱਲ ਰਿਹਾ ਮੈਂ ਕਿਹਾ ਠੀਕ ਹੈ ਜਿਹੜੇ ਸਾਈਡ ਚੱਲ ਰਿਹਾ ਉਧਰ ਨਾ ਲਗਾਓ ਅਪੋਜ਼ਿਟ ਸਾਈਡ ਲਗਾ ਦਿਓ ਕਿ ਸਾਡੀ ਅਸੀਂ ਮਾਰਕੀਟ ਦੇ ਕਿੱਥੇ ਖੜੀ ਕਰੀਏ ਜੇ ਉੱਥੇ ਇੱਕ ਵਾਰ ਗੱਡੀ ਲਾਈ ਪਰਸੋਂ ਦੀ ਲਾਈ ਹੈ ਗੱਡੀ 44 44 ਮੇਰੀ ਗੱਡੀ ਦਾ ਨੰਬਰ ਹੈ ਚੱਕ ਕੇ ਲੈ ਗਏ ਸੀ ਅਤੇ ਉਹਦੇ ਇਨਵਿਟ ਆਪਾਂ ਸਰ ਜੀ ਬਾਹਰ ਖੜੇ ਸੀ ਨਿਗਾਹ ਪੈ ਗਈ ਇਹਨਾਂ ਦੀ ਅਤੇ ਅਸੀਂ ਜਾ ਕੇ ਰੋਕਿਆ ਸਰ ਗੱਡੀ ਲਗਾਉਣ ਦੀ ਜਗ੍ਹਾ ਨਹੀਂ ਹੈ ਅਤੇ ਆਪਣੀ ਗੱਡੀ ਹੈ ਇਹਨੂੰ ਛੱਡ ਦਿਓ ਤਾਂ ਉਹਨਾਂ ਨੇ ਆਪਣਾ ਇੱਥੇ ਟ੍ਰੈਫਿਕ ਪੁਲਿਸ ਵਾਲੇ ਵੀ ਕੋਈ ਜਾਹੀ ਨਹੀਂ ਦਿੰਦੇ ਨਾ ਜੀ ਨਾ ਉਹ ਤਾਂ ਸਕੂਟਰ ਮੋਟਰਸਾਈਕਲ ਹੀ ਲੱਗਣ ਦਿੰਦੇ ਜੀ ਆ ਹੁਣ ਇਹਨੂੰ ਦੱਸੋ ਕੀ ਪ੍ਰੋਬਲਮ ਹੈ ਮੋਟਰਸਾਈਕਲ ਦੀ ਇਹ ਵੀ ਆ ਕੇ ਚੁਕਾਉਣ ਲੱਗ ਜਾਂਦੇ ਭਾਜੀ ਇੱਥੇ ਹੁਣੇ ਥੋੜ੍ਹੀ ਦੇਰ ਪਹਿਲੇ ਐਂਬੂਲੈਂਸ ਫਸੀ ਹੋਈ ਸੀ ਐਂਬੂਲੈਂਸ ਇੱਕ ਨਹੀਂ ਭਾਜੀ ਤੁਸੀਂ ਮੈਂ ਤਾਂ ਮੇਰੇ ਸੀਸੀਟੀਵੀ ਕੈਮਰੇ ਦੇਖੋ ਦਿੱਲੀ ਦੇ 3-4 ਐਂਬੂਲੈਂਸ ਆਪ ਕਢਾਈ ਦੀਆਂ ਜੀ ਜਾ ਕੇ ਆਪ ਕਢਾਈ ਦੀਆਂ ਐਂਬੂਲੈਂਸ ਪਲੱਸ ਜਿਹੜੇ ਬੱਸਾਂ ਵਾਲੇ ਜਾਂਦੇ ਨੇ ਗੱਡੀ ਮਾੜਾ ਜਿਹਾ ਟ੍ਰੈਫਿਕ ਜਾਂਦਾ ਹੋਰਨ 'ਤੇ ਹੱਥ ਰੱਖਦੇ ਨੇ ਬੇਪਰਵਾਹ ਦਿਮਾਗ ਖਰਾਬ ਕਰ ਦਿੰਦੇ ਭਾਜੀ ਇਹ ਬੱਸਾਂ ਵਾਲੇ ਵੀ ਬਹੁਤ ਦੁਖੀ ਆ ਭਾਜੀ ਹੋਰਨ ਮਾਰ ਮਾਰ ਕੇ ਸੋ ਟ੍ਰੈਫਿਕ ਪੁਲਿਸ ਨੂੰ ਕੀ ਅਪੀਲ ਕਰਨਾ ਚਾਹੁੰਦਾ ਭਾਜੀ ਅਪੀਲ ਕਰਦਾ ਇੱਥੇ ਬੰਦੇ ਲਾਉਣ ਅਤੇ ਰੈਗੂਲਰ ਰਨਿੰਗ ਨਾਲ ਟ੍ਰੈਫਿਕ ਚੱਲਦੀ ਰਹੇ ਇੱਥੇ ਕੋਈ ਆਉਂਦਾ ਪਰਲੀ ਸਾਈਡ 'ਤੇ ਖੜਦੇ ਨੇ ਇਧਰਲੀ ਸਾਈਡ 'ਤੇ ਕੋਈ ਆਇਆ ਨਹੀਂ ਤੁਹਾਡਾ ਕੰਮ ਵੀ ਬਹੁਤ ਲੋਸ ਹੋ ਗਿਆ 65% ਡਾਊਨ ਆ ਕੰਮ ਭਾਜੀ 65% ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਅਪੀਲ ਕਹੀ ਕਰਨਾ ਚਾਹੁੰਦੇ ਜੇ ਤੁਸੀਂ ਇਹ ਪ੍ਰੋਜੈਕਟ ਬਣਾਉਣਾ ਉਹਦੇ ਲਈ ਪਹਿਲਾਂ ਟ੍ਰੈਫਿਕ ਦੀ ਸਮੱਸਿਆ ਨੂੰ ਕੀਤਾ ਜਾਵੇ ਹੱਲ ਕਿ ਕਿੱਧਰ ਦੀ ਇਹਨੂੰ ਡਿਵਾਈਡ ਕਰਨਾ ਇੱਕੋ ਸਾਈਡ 'ਤੇ ਪਾ ਰਿਹਾ ਇਹਦੇ ਲਈ ਬੜੀ ਮੁਸ਼ਕਲ ਹੋ ਰਹੀ ਭਾਜੀ ਖਰਚੇ ਖੁਰਚੇ ਸਹੀ ਚੱਲ ਭਾਜੀ ਜਿੱਥੇ 65% ਡਾਊਨ ਆ ਖਰਚੇ ਕਿੱਥੋਂ ਪੱਲਿਓਂ ਪਾ ਰਹੇ ਮੁੰਡੇ ਦੀਆਂ ਸੈਲਰੀਆਂ ਨਹੀਂ ਕੱਢ ਰਹੇ ਪੂਰੀ ਤਰ੍ਹਾਂ ਇੰਨੇ ਬੁਰੇ ਹਾਲ ਨੇ ਸੋ ਤੁਸੀਂ ਦੇਖਿਆ ਕਿ ਦੁਕਾਨਦਾਰ ਜਿਹੜੇ ਹੈਗੇ ਨੇ ਇੱਥੇ ਖੁਦ ਬਹੁਤ ਪਰੇਸ਼ਾਨ ਨੇ ਜੋ ਕਿ ਟ੍ਰੈਫਿਕ ਦੇ ਕਰਕੇ ਇੱਥੇ ਇਹਨਾਂ ਦੀਆਂ ਪਾਰਕਿੰਗ ਖਤਮ ਹੋ ਚੁੱਕੀ ਹੋਈ ਹੈ ਕਸਟਮਰ ਆਉਣਾ ਰੁਕਣਾ ਬੰਦ ਹੋ ਚੁੱਕਾ ਹੋਇਆ ਵਾ ਕਿਤੇ ਨਾ ਕਿਤੇ ਸਵਾਲ ਹੈ ਪੈਦਾ ਹੁੰਦਾ ਵੀ ਟ੍ਰੈਫਿਕ ਪੁਲਿਸ ਵਾਲੇ ਕਿੱਥੇ ਨੇ ਉਹ ਕਿੱਥੇ ਨੇ ਜੋ ਕਿ ਆਏ ਦਿਨ ਇਹ ਟ੍ਰੈਫਿਕ ਜਿਹੜਾ ਇੱਥੇ ਲੱਗਦਾ ਵਾ ਟ੍ਰੈਫਿਕ ਕਿਉਂ ਨਹੀਂ ਕਰਾਉਂਦੇ ਨਮਸਕਾਰ ਸਰ ਨਮਸਕਾਰ ਜੀ ਕਿੱਥੋਂ ਆ ਰਹੇ ਹੋ ਲੁਧਿਆਣਾ ਤੋਂ ਜੀ ਇਹ ਪਿੱਛੋਂ ਕਿੰਨੀ ਕੁ ਦੂਰੋਂ ਆ ਰਹੇ ਹੋ ਲਗਭਗ ਗੰਡਾਗਰ ਚੌਕ ਤੋਂ ਆ ਰਹੇ ਹਾਂ ਜੀ ਟ੍ਰੈਫਿਕ ਕਿੰਨਾ ਬਹੁਤ ਟ੍ਰੈਫਿਕ ਹੈ ਜੀ ਕੋਈ ਵਿੱਚ ਮੇਰਾ ਖਾਲੀ ਰਸਤਾ ਮਿਲਾ ਨਹੀਂ ਰਸਤਾ ਮਿਲਾ ਜੀ ਅੱਛਾ ਜੀ ਟ੍ਰੈਫਿਕ ਪਰੇਸ਼ਾਨ ਹੈ ਜੀ ਇਸ ਪਰੇਸ਼ਾਨੀ ਨੂੰ ਦੂਰ ਪਰੇਸ਼ਾਨੀ ਜਿਹੜੀ ਹੈਗੀ ਹੈ ਲੋਕਾਂ ਨੂੰ ਆ ਰਹੀ ਹੈ ਘੰਟਾ ਘਰ ਤੋਂ ਲੈ ਕੇ ਇੱਥੇ ਤੱਕ ਦਾ ਪੂਰਾ ਰਸਤਾ ਜਿਹੜਾ ਹੈਗਾ ਉਹ ਟ੍ਰੈਫਿਕ ਦੇ ਵਿੱਚ ਲੱਦਿਆ ਆ ਹਾਂਜੀ ਕੀ ਹਾਲ ਹੈ ਜੀ ਬਹੁਤ ਵਧੀਆ ਕਿੱਥੋਂ ਆ ਰਹੇ ਹੋ ਲੁਧਿਆਣੇ ਤੋਂ ਲੁਧਿਆਣੇ ਵੀ ਤਾਂ ਖੜੇ ਆ ਆ ਕਿੱਥੋਂ ਰਹੇ ਹੋ ਮੈਂ ਤਾਂ ਲੁਧਿਆਣੇ ਦੇ ਰਹਿਣ ਵਾਲਾ ਨਹੀਂ ਆ ਕਿੱਥੋਂ ਰਹੇ ਹੋ ਘੰਟਾ ਘਰ ਤੋਂ ਟ੍ਰੈਫਿਕ ਦਾ ਕੀ ਹਾਲ ਹੈ ਥੋੜੀ ਪ੍ਰੋਬਲਮਸ ਹੈ ਬਟ ਇਟ ਵਿਲ ਬੀ ਰਿਮੂਵ ਪਿੱਛੋਂ ਦੀ ਪੂਰੀ ਟ੍ਰੈਫਿਕ ਚੱਲਦੀ ਆ ਰਹੀ ਹੈ ਨਹੀਂ ਠੀਕ ਹੈ ਸਮੂਥਲੀ ਹੈ ਠੀਕ ਹੈ ਆਮ ਆਦਮੀ ਪਾਰਟੀ ਦੇ ਲੋਕ ਲੱਗਦੇ ਹੋ ਸੋ ਕਿਤੇ ਨਾ ਕਿਤੇ ਬਹੁਤ ਇਕੱਠ ਹੈ ਲੋਕ ਕੀ ਕਹਿ ਰਹੇ ਨੇ ਭਾਈ ਸਾਹਿਬ ਕਹਾਂ ਸੇ ਆ ਰਹੇ ਆ ਕੀਆ ਮੋਟਰ ਸੇ ਹਾਂਜੀ ਕੀਆ ਮੋਟਰ ਸੇ ਪਿੱਛੇ ਕਿੰਨਾ ਰਸ਼ ਹੈ ਹੈ ਕਾਫੀ ਰਸ਼ ਹੈ ਸੋ ਲੋਕ ਬੜੇ ਪਰੇਸ਼ਾਨ ਨੇ ਰਸ਼ ਪੂਰਾ ਹੈਗਾ ਵਾ ਸਾਡੇ ਨਾਲ ਦੁਕਾਨਦਾਰ ਵੀ ਖੜੇ ਆ ਭਾਈ ਸਾਹਿਬ ਦੁਕਾਨ ਤੁਹਾਡੀ ਹੈ ਹਾਂਜੀ ਮਤਲਬ ਇਹ ਜੋ ਟ੍ਰੈਫਿਕ ਹੈ ਯਹੀ ਪੇ ਇਤਨਾ ਹੀ ਰਹਤਾ ਹੈ ਜੀ ਜੀ ਇਦਾਂ ਹੀ ਯਾ ਇਸ ਤੋਂ ਜ਼ਿਆਦਾ ਰਹਤਾ ਹੈ ਨਹੀਂ ਫਿਲਹਾਲ ਤਾਂ ਇਦਾਂ ਹੀ ਯਾਰ ਠੀਕ ਠਾਕ ਹੀ ਟ੍ਰੈਫਿਕ ਐਂਬੂਲੈਂਸ ਫਸੀ ਰਹਿੰਦੀ ਆ ਅਕਸਰ ਹਾਂ ਉਹਨਾਂ ਵਾਸਤੇ ਤਾਂ ਪ੍ਰੋਬਲਮ ਤਾਂ ਹੈ ਹੀ ਹੈਗੀ ਟ੍ਰੈਫਿਕ ਪੁਲਿਸ ਵਾਲੇ ਕਿਤੇ ਨਹੀਂ ਦਿਖਾਈ ਦੇ ਰਹੇ ਨਹੀਂ ਸਵੇਰੇ ਤਾਂ ਬਹੁਤ ਸੀਗੇ ਅੱਜ ਤਾਂ ਬਹੁਤ ਸੀਗੇ ਸ਼ਾਮੀ ਖਤਮ ਹੋ ਗਿਆ ਹੁਣ ਤਾਂ ਪਤਾ ਨਹੀਂ ਅਸੀਂ ਤਾਂ ਅੰਦਰ ਹੀ ਹਾਂ ਸੋ ਟ੍ਰੈਫਿਕ ਦੀ ਸਮੱਸਿਆ ਲੁਧਿਆਣੇ ਦੇ ਵਿੱਚ ਆਏ ਦਿਨ ਜਿਹੜੀ ਟ੍ਰੈਫਿਕ ਦੀ ਸਮੱਸਿਆ ਚੱਲ ਰਹੀ ਹੈ ਸਵਾਲ ਇਹ ਪੈਦਾ ਹੁੰਦਾ ਵਾ ਵੀ ਕੀ ਲੁਧਿਆਣਾ ਪ੍ਰਸ਼ਾਸਨ ਜਿਹੜਾ ਹੈਗਾ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਸਕਸ਼ਮ ਨਹੀਂ ਹੈ ਸਵਾਲ ਇਹ ਪੈਦਾ ਹੁੰਦਾ ਜਿਹੜੀਆਂ ਆਏ ਦਿਨ ਐਂਬੂਲੈਂਸਾਂ ਇਸ ਟ੍ਰੈਫਿਕ ਦੇ ਵਿੱਚ ਫਸਦੀਆਂ ਨੇ ਅਤੇ ਉਹਨਾਂ ਨੂੰ ਕਢਾਉਣ ਵਾਲਾ ਕੋਈ ਨਹੀਂ ਹੈ ਕੀ ਸਵਾਲ ਪੈਦਾ ਹੁੰਦਾ ਜਿਹੜੇ ਇਹ ਦੁਕਾਨਦਾਰ ਜਿਨ੍ਹਾਂ ਦਾ ਵਪਾਰ ਇੱਥੇ ਬਹੁਤ ਜ਼ਿਆਦਾ ਖਤਮ ਹੋ ਚੁੱਕਾ ਹੈ ਘੱਟ ਹੋ ਚੁੱਕਾ ਹੈ ਕੀ ਉਹਨਾਂ ਦੇ ਵਪਾਰ ਦੇ ਉੱਤੇ ਜਿਹੜਾ ਸ਼ਿਕੰਜਾ ਇਹਨਾਂ ਨੇ ਕਸ ਦਿੱਤਾ ਲਿਆ ਕੇ ਟ੍ਰੈਫਿਕ ਦਾ ਵੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸਵਾਲ ਬਹੁਤ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਧਰੋਂ ਦੀ ਫਿਰੋਜ਼ਪੁਰ ਰੋਡ ਨੂੰ ਇਹ ਟ੍ਰੈਫਿਕ ਜਾ ਰਿਹਾ ਹੈਗਾ ਵਾ ਸੋ ਇਹ ਜਿਹੜਾ ਟ੍ਰੈਫਿਕ ਹੈ ਕਿਤੇ ਨਾ ਕਿਤੇ ਸਵਾਲ ਹੈ ਪੈਦਾ ਕਰਦਾ ਇਹ ਜਿਹੜੇ ਇਹਨਾਂ ਨੇ ਬੈਰੀਗੇਡਸ ਲਗਾਏ ਹੋਏ ਨੇ ਫਲਾਈਓਵਰ ਬਣਨ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਰੋਡ ਤੰਗ ਹੋ ਚੁੱਕਾ ਹੈ ਬਟ ਇੱਥੇ ਟ੍ਰੈਫਿਕ ਪੁਲਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਟ੍ਰੈਫਿਕ ਸਮੂਥ ਚੱਲਦੀ ਰਹੇ ਅਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਉੱਤੇ ਲਾਈਵ ਅਪਡੇਟ ਟ੍ਰੈਫਿਕ ਦਾ
कमेंट करके जरूर दसना अगर थोड़े भी हल्के दे विच एरिए दे विच कोई एदा दी ट्रैफिक दी समस्या है सानू कमेंट करके दसो असी दिखावांगे सीधी तस्वीर जुड़े रहो कैमरामैन हरजीत नाल सुशील मचान की रिपोर्ट लुधियाना लाइव।